ਅਤੇ ਮੈਮ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ, ਹੁਣ ਨਾ ਬਹੁਤ ਸਾਰੇ ਸਟੂਡੈਂਟ ਦਾ ਇੰਟਰਸਟ ਇਸ ਟਾਈਮ USA ਦਾ ਵੀ ਬਣਿਆ ਹੋਇਆ ਔਰ ਕੰਸਲਟੈਂਟ ਵੀ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆ USA ਨੂੰ। USA ਦੇ ਵਿੱਚ ਕਿਸ ਤਰ੍ਹਾਂ ਦੇ ਸਟੂਡੈਂਟਸ ਨੇ ਜਿਹੜੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ, ਔਰ ਸਭ ਤੋਂ ਵੱਡੀ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਬਹੁਤ ਲੰਬਾ ਲੱਗ ਰਿਹਾ, ਚਾਹੇ ਕਿਸੇ ਵੀ ਕੰਟਰੀ ਦੀ ਆਪਾਂ ਗੱਲ ਕਰਦੇ ਹਾਂ, 6 ਮਹੀਨੇ 7 ਮਹੀਨੇ ਸਾਲ ਲੱਗ ਰਿਹਾ ਸਟੂਡੈਂਟ ਨੂੰ। ਅਤੇ ਇੱਥੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਹੈ USA ਦੇ ਪੂਰਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਬੱਚੇ ਦਾ ਵੀਜ਼ਾ ਆ ਸਕਦਾ? ਪਲਵਿੰਦਰ ਜੀ, ਦੇਖੋ ਮੈਂ ਟਾਈਮ ਲਿਮਿਟ ਦੀ ਗੱਲ ਇੱਥੇ ਨਹੀਂ ਕਰੂੰਗੀ, ਪਰ ਸਾਡੇ ਵੱਲੋਂ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ ਕਿ ਬੱਚੇ ਦੀ ਬਾਇਓਮੈਟ੍ਰਿਕ ਅਤੇ ਅੰਬੈਸੀ ਡੇਟ ਮਿਲ ਜੇ ਬੱਚੇ ਨੂੰ, ਉਹ ਅਸੀਂ ਪ੍ਰਿਓਰਟੀ 'ਤੇ ਕੰਮ ਕਰਦੇ ਹਾਂ। ਅਸੀਂ ਵਿਦਇਨ ਜਿਹੜਾ ਹੈ ਕਿ 45 ਡੇਜ਼ ਦਾ ਟਾਈਮ ਪੀਰੀਅਡ ਰੱਖਦੇ ਹਾਂ ਕਿ 45 ਡੇਜ਼ ਦੇ ਅੰਦਰ ਅੰਦਰ ਅਸੀਂ ਬੱਚਾ ਜਦੋਂ ਸਾਡੇ ਕੋਲ ਐਕਚੁਅਲੀ ਅਪਲਾਈ ਕਰ ਜਾਂਦਾ ਹੈ ਕਿ 45 ਡੇਜ਼ ਦੇ ਅੰਦਰ ਅੰਦਰ ਵਰਕਿੰਗ ਦੇ ਵਿੱਚ ਅਸੀਂ ਬੱਚੇ ਨੂੰ ਅੰਬੈਸੀ ਤੱਕ ਜਿਹੜੀ ਉਹਦੀ ਡੇਟ ਲੈ ਕੇ ਦੇ ਦਈਏ, ਭਾਵੇਂ ਕਿਸੇ ਵੀ ਸਟੇਟ ਦੀ ਲੈ ਕੇ ਦੇ ਦਈਏ ਕਿ ਬੱਚਾ ਬਾਏ ਏਅਰ ਜਾ ਕੇ ਵੀ ਆਪਣੇ ਉੱਥੇ ਬਾਇਓਮੈਟ੍ਰਿਕ ਕਰਵਾ ਕੇ ਅਤੇ ਆਪਣੀ ਫਾਈਲ ਅੰਬੈਸੀ ਤੱਕ ਲੈ ਕੇ ਜਾ ਸਕੇ। ਅਤੇ ਅਗਲੀ ਗੱਲ ਜੇ ਮੈਂ ਕਰਾਂ, USA ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ, USA ਵੱਲ ਰੁਝਾਨ ਬੱਚਿਆਂ ਦਾ ਇਸ ਕਰਕੇ ਜ਼ਿਆਦਾ ਹੋ ਗਿਆ ਕਿ ਇੱਕ ਤਾਂ 7 ਤੋਂ 8 ਸਾਲ ਦਾ ਗੈਪ ਵੀ ਚੱਲ ਸਕਦਾ ਹੈ, ਇੱਕ ਤੁਸੀਂ ਵਿਦਆਊਟ ਆਈਲੈਟਸ ਵੀ ਅਪਲਾਈ ਕਰ ਸਕਦੇ ਹੋ, ਇੱਕ ਉੱਥੋਂ ਦੀਆਂ ਯੂਨੀਵਰਸਿਟੀ ਕਾਲਜਿਸ ਜਿਹੜੇ ਆ 70% ਜਿਹੜੀ ਸਕੋਲਰਸ਼ਿਪ ਦੇ ਨਾਲ ਐਡਮਿਸ਼ਨਸ ਦੇ ਰਹੇ ਨੇ। ਅਤੇ ਇਹ ਸਭ ਤੋਂ ਵੱਧ ਅਟਰੈਕਸ਼ਨ ਦਾ ਜਿਹੜਾ ਰੀਜ਼ਨ ਹੈ ਬੱਚਿਆਂ ਦਾ ਕਿ ਬੱਚੇ USA ਵੱਲ ਮੋਲਡ ਹੋ ਰਹੇ ਨੇ। ਇਸ ਕਰਕੇ ਹਰ ਕੰਸਲਟੈਂਟ ਵੀ ਜਦੋਂ ਜੋ ਬੱਚਾ ਸਾਡੇ ਕੋਲ ਇਨਕੁਆਇਰੀ ਕਰਦਾ ਹੈ, ਉਸ ਹਿਸਾਬ ਨਾਲ ਅਸੀਂ ਆਪਣੀ ਜਿਹੜੀ ਆ ਇਨਕੁਆਇਰੀ ਦੇਣੀ ਸ਼ੁਰੂ ਕਰ ਦਿੰਦੇ ਹਾਂ। ਅਤੇ ਇਸ ਕਰਕੇ ਅੱਜ ਟਾਈਮ ਹਰ ਬੰਦਾ USA ਨੂੰ ਪ੍ਰਮੋਟ ਕਰ ਰਿਹਾ ਕਿਉਂਕਿ ਬੱਚਾ ਕਾਫੀ USA ਵੱਲ ਜਿਹੜਾ ਮੋਲਡ ਹੋ ਰਿਹਾ। ਅਤੇ ਜੇ ਮੈਂ UK ਦੀ ਗੱਲ ਕਰਾਂ ਤਾਂ UK ਵੀ ਬੱਚੇ ਜਾ ਸਕਦੇ ਨੇ। UK ਅਸੀਂ ਸਪਾਊਸ ਦੇ ਨਾਲ ਅਪਲਾਈ ਕਰ ਰਹੇ ਹਾਂ, ਚਾਹੇ ਤੁਸੀਂ +2 ਕੀਤੀ ਆ, ਚਾਹੇ ਤੁਹਾਡੀ +2 ਤੋਂ ਬਾਅਦ ਗੈਪ ਹੈ, ਉਹ ਵੀ ਅਸੀਂ ਬੱਚਿਆਂ ਦਾ ਪ੍ਰੋਪਰ ਮੈਨੇਜ ਕਰਕੇ, ਉਹ ਵੀ ਇੱਕ ਜਿਹੜੀ ਬੱਚੇ ਨੇ ਆਈਲੈਟਸ ਨਹੀਂ ਕੀਤੀ ਹੁੰਦੀ, ਸਭ ਤੋਂ ਵੱਡਾ ਬੱਚੇ ਦਾ ਜਿਹੜਾ ਉਹ ਕੁਐਸਚਨ ਹੁੰਦਾ ਕਿ ਮੈਂ ਆਈਲੈਟਸ ਨਹੀਂ ਕੀਤੀ, ਮੇਰੀ ਸਟੱਡੀ 'ਚ ਗੈਪ ਹੈ, ਗੈਪ ਦੀ ਜਸਟੀਫਿਕੇਸ਼ਨ ਹੋ ਸਕਦੀ ਜਿਹੜੀ ਆ ਉਹ ਤੁਹਾਨੂੰ ਦੇਣੀ ਪਊਗੀ। ਔਰ ਜੇ ਮੈਂ ਆਈਲੈਟਸ ਦੀ ਗੱਲ ਕਰਾਂ, ਤੁਸੀਂ ਵਿਦਆਊਟ ਆਈਲੈਟਸ UK USA ਅਪਲਾਈ ਕਰ ਸਕਦੇ ਹੋ। ਬਿਲਕੁਲ, ਤੁਸੀਂ ਬਿਨਾਂ ਆਈਲੈਟਸ ਤੋਂ ਵੀ USA ਦਾ ਸਟੱਡੀ ਵੀਜ਼ਾ ਲੈ ਸਕਦੇ ਹੋ। ਮੈਮ ਐਕਚੁਅਲ ਜੇ ਆਪਾਂ ਗੱਲ ਕਰਦੇ ਹਾਂ ਸਟੱਡੀ ਦੀ, ਹੈ ਨਾ, ਅਬਰੋਡ ਦੇ ਵਿੱਚ ਜਾਂ USA ਦੇ ਵਿੱਚ ਵੀ ਕਿਸ ਤਰ੍ਹਾਂ ਦੀਆਂ ਸਟੱਡੀਜ਼ ਸਟੂਡੈਂਟ ਨੂੰ ਲੈਣੀਆਂ ਚਾਹੀਦੀਆਂ, ਕੋਰਸ ਕਿਹੜੇ ਕਿਹੜੇ ਲੈਣੇ ਚਾਹੀਦੇ ਆ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਜਿਹੜਾ ਉਹਨਾਂ ਦਾ ਮੰਨ ਲਓ ਆਪਾਂ PR ਦਾ ਕਹਿ ਸਕਦੇ ਹਾਂ ਜਾਂ ਵਰਕ ਵੀਜ਼ਾ ਉਹਨਾਂ ਨੂੰ ਆਸਾਨੀ ਦੇ ਨਾਲ ਮਿਲ ਸਕਦਾ? ਪਲਵਿੰਦਰ ਜੀ, ਦੇਖੋ ਡਿਸਾਈਡਡ ਕੋਰਸ ਜਿਹੜਾ ਹੈ, ਇੱਥੇ ਮੈਂ ਬੋਲ ਨਹੀਂ ਸਕਦੀ ਕਿ ਕੋਰਸ ਲਿਸਟ ਕਾਫੀ ਸਾਡੇ ਕੋਲ ਲੰਬੀ ਹੁੰਦੀ ਆ। ਬੇਸਿਕਲੀ ਜਿਹੜੇ ਬੱਚੇ ਸਾਡੇ ਕੋਲ 7 ਤੋਂ 8 ਸਾਲ ਦੇ ਗੈਪ ਦੇ ਨਾਲ ਆਉਂਦੇ ਆ, ਅਤੇ ਉਹਨਾਂ ਨੂੰ ਅਸੀਂ ਡਿਪਲੋਮਾ ਸੁਜੈਸਟ ਕਰਦੇ ਹਾਂ ਕਿਉਂਕਿ ਬੱਚੇ ਦਾ ਡਿਪਲੋਮਾ ਦੀ ਜਿਹੜੀ ਫੀਸ ਆ ਉਹ ਵੀ ਓਨੀ ਕੁ ਹੁੰਦੀ ਆ, ਅਤੇ ਬੱਚੇ ਦਾ ਡਿਪਲੋਮਾ ਜਿਹੜਾ 2 ਸਾਲ 1.5 ਸਾਲ ਦੇ ਵਿੱਚ ਖਤਮ ਵੀ ਹੋ ਜਾਂਦਾ ਹੈ। ਉਸ ਡਿਪਲੋਮੇ ਦੇ ਅੰਦਰ ਸਕਿੱਲਡ ਜਿਹੜੇ ਸਾਡੇ ਸਕਿੱਲ ਵਾਲੇ ਕੰਮ ਨੇ, ਸਾਰੇ ਬੱਚੇ ਜਿਹੜੇ ਆਪਣੇ ਸਕਿੱਲ ਸਿੱਖਣਾ ਚਾਹੁੰਦੇ ਨੇ, ਜਿਵੇਂ ਮੰਨ ਲਓ ਜਿਹੜੇ ਬੱਚੇ ਚਾਹੁੰਦੇ ਕਿ ਸਾਡੀ ਫਾਈਨੈਂਸ਼ੀਅਲ ਉੱਥੇ ਗਰੋਥ ਹੋਵੇ, ਅਤੇ ਤੁਹਾਨੂੰ ਵੀ ਪਤਾ ਇੱਕ ਮੈਨ ਪਾਵਰ ਜਿਹੜਾ ਲੇਬਰ ਵਰਕ ਕਰਦਾ ਉੱਥੇ, ਉਹਦੀ ਉੱਥੇ ਬਹੁਤ ਜ਼ਿਆਦਾ ਡਿਮਾਂਡ ਵੀ ਹੈ, ਅਤੇ ਕੱਲ੍ਹ ਦੇ ਦਿਨ ਉਹਦੇ ਲਈ ਅਪਰਚੁਨਿਟੀਜ਼ ਵੀ ਕਾਫੀ ਅੱਛੀਆਂ ਨੇ। ਚਾਹੇ ਬ੍ਰਿਕਲੇਅਰ ਦੀ ਮੈਂ ਗੱਲ ਕਰਾਂ, ਚਾਹੇ ਮੈਂ ਅਰਲੀ ਚਾਈਲਡਹੁੱਡ ਦੀ ਗੱਲ ਕਰਾਂ, ਚਾਹੇ ਮੈਂ ਪਲੰਬਰ ਦੀ ਗੱਲ ਕਰਾਂ, ਚਾਹੇ ਮੈਂ ਕੋਈ IT ਕੋਰਸ ਦੀ ਗੱਲ ਕਰਾਂ, ਅਤੇ ਐਵੇਂ ਦੇ ਬਹੁਤ ਸਾਰੇ ਕੋਰਸਿਸ ਨੇ ਜਿਹੜੇ ਡਿਪਲੋਮਾ ਜਿਹੜੇ ਨੇ ਬੱਚੇ ਲੈ ਕੇ ਜਾ ਸਕਦੇ ਨੇ। ਜਿਹੜੇ ਬੱਚੇ ਆਪਣੀ ਅੱਗੇ ਗ੍ਰੈਜੂਏਸ਼ਨ ਨਹੀਂ ਕਰਨਾ ਚਾਹੁੰਦੇ ਜਾਂ 2 ਸਾਲ ਦਾ ਗ੍ਰੈਜੂਏਸ਼ਨ ਕਰ ਲਈ, 2 ਸਾਲ ਦਾ ਗੈਪ ਪੈ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਓਪਰਚੁਨਿਟੀ ਨਹੀਂ ਮਿਲੀ ਇੰਡੀਆ ਦੇ ਵਿੱਚ, ਉਹਨਾਂ ਨੂੰ ਹੋਰ ਕਿਸੇ ਕੰਟਰੀ ਨੇ ਵੀਜ਼ਾ ਨਹੀਂ ਦਿੱਤਾ ਜਾਂ ਕਿਤੋਂ ਰਿਫਿਊਜ਼ ਨੇ, ਤਾਂ ਉਹ USA ਅਪਲਾਈ ਕਰਕੇ ਜਾ ਸਕਦੇ ਨੇ। ਇਹਦੇ ਵਿੱਚ ਕੋਈ ਲੰਬੇ ਚੌੜੇ ਤੁਹਾਡੀ ਬੈਂਕਿੰਗ ਨਹੀਂ ਚਾਹੀਦੀ, ਕੋਈ ਤੁਸੀਂ ਟਿਊਸ਼ਨ ਫੀਸ ਪਹਿਲਾਂ ਨਹੀਂ ਪੇ
ਕਰਨੀ, ਤੁਹਾਡੀਆਂ ਜਿਹੜੀਆਂ ਸਿਰਫ ਜਿਹੜੀਆਂ ਗਵਰਨਮੈਂਟ ਫੀਸਿਸ ਆ ਉਹ ਤੁਸੀਂ ਪੇ ਕਰਨੀ ਆ, ਟਿਊਸ਼ਨ ਫੀਸ ਤੁਸੀਂ ਆਫਟਰ ਵੀਜ਼ਾ ਵੀ ਸਾਨੂੰ ਦੇ ਸਕਦੇ ਹੋ। ਬਿਲਕੁਲ, ਜਿਹੜੀ ਫੀਸ ਹੈ ਸਭ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਵੀਜ਼ੇ ਤੋਂ ਬਾਅਦ ਵੀ ਤੁਸੀਂ ਦੇ ਸਕਦੇ ਹੋ, ਇਸ ਤਰ੍ਹਾਂ ਦੀਆਂ ਆਪਸ਼ਨਸ ਵੀ ਤੁਹਾਨੂੰ ਕ੍ਰੀਏਟਿਵ ਫਿਊਚਰ ਕੌਂਸਲਾਂ ਦੇ ਵਿੱਚ ਮਿਲ ਜਾਣਗੀਆਂ। ਬਹੁਤ ਸਾਰੇ ਦਰਸ਼ਕ ਤੁਹਾਡੇ ਬਹੁਤ ਸਾਰੇ ਸਵਾਲ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਦੇਸ਼ ਜਾ ਸਕਦੇ ਹੋ। ਹਮੇਸ਼ਾ ਹੀ ਅਸੀਂ ਗੱਲ ਕਰਦੇ ਹਾਂ ਆਪਣੀ ਪ੍ਰੋਫਾਈਲ ਡਿਸਕਸ ਕਰੋ, ਕਾਲ ਕਰੋ, ਤੁਸੀਂ ਕਿਤੋਂ ਵੀ ਅਪਲਾਈ ਕੀਤਾ ਹੋਇਆ ਜਾਂ ਕਰਨਾ ਚਾਹੁੰਦੇ ਹੋ ਕਿਸੇ ਕੰਟਰੀ ਦੇ ਵਿੱਚ ਲਈ ਵੀ ਜਾਂ ਟੂਰਿਸਟ ਵੀਜ਼ੇ 'ਤੇ ਵੀ ਜਾਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਆ ਰਹੇ ਨੰਬਰ 'ਤੇ ਤੁਸੀਂ ਕਾਲ ਆ ਜਿਹੜੀ ਕਰ ਸਕਦੇ ਹੋ। ਕਾਲ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਰਿਵਰਟ, ਜੇ ਮਿਸ ਕਾਲ ਵੀ ਹੈ ਤੁਹਾਡੀ ਜਾਂ ਵੇਟਿੰਗ ਦੇ ਵਿੱਚ ਕਾਲ ਹੈ, ਤੁਹਾਨੂੰ ਬੈਕ ਕਾਲ ਵੀ ਆਊਗੀ, ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਜਾਊ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਹੈ ਜਿਹੜਾ ਪੂਰਾ ਕਰ ਸਕਦੇ ਹੋ। ਮੈਮ ਸਮਾਂ ਵੀ ਸਾਡੇ ਕੋਲ ਘੱਟ ਹੈ ਤਾਂ ਯੂਕੇ ਕੰਟਰੀ ਸਾਡੇ ਕੋਲ ਰਹਿ ਗਈ ਹੈ, ਯੂਕੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਵਿਦਆਊਟ ਆਈਲੈਟਸ ਜਾਂ ਵਿਦਆਊਟ ਇੰਟਰਵਿਊ ਕਿਹੜੇ ਕਿਹੜੇ ਸਟੂਡੈਂਟ ਨੇ ਜਿਹੜੇ ਅਪਲਾਈ ਕਰ ਸਕਦੇ ਆ? ਖਾਸ ਕਰਕੇ ਜਿਹੜੇ ਸਾਡੇ ਬੱਚੇ ਜਿਨ੍ਹਾਂ ਨੇ ਆਈਲੈਟਸ ਨਹੀਂ ਕੀਤਾ ਹੁੰਦਾ, 8 ਸਾਲ ਦਾ 7 ਸਾਲ ਦਾ ਗੈਪ ਪੈ ਗਿਆ, ਜਾਂ ਜਿਹੜਾ ਸਾਡਾ ਸਟੂਡੈਂਟ ਹੈ ਜਿਹਨੂੰ ਲੱਗਦਾ ਕਿ ਮੈਂ ਲੰਬੀ ਚੌੜੀ ਬੈਂਕਿੰਗ ਨਹੀਂ ਦੇ ਸਕਦਾ, ਜਾਂ ਮੈਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦਾ, ਜਾਂ ਮੈਨੂੰ ਘੱਟ ਜਿਹੜਾ ਮੇਰਾ ਬਜਟ ਘੱਟ ਹੈ, ਮੈਨੂੰ ਇੱਕ ਲਿਮਿਟਡ ਜਿਹਾ ਬਜਟ ਹੈ ਕਿ ਮੈਂ ਇੰਨੇ ਕੁ ਬਜਟ ਦੇ ਵਿੱਚ ਯੂਕੇ ਅਪਲਾਈ ਕਰਕੇ ਚੱਲ ਜਾਂ, ਅਤੇ ਉਹ ਸਾਡੇ ਸਟੂਡੈਂਟ ਜਿਹੜੇ ਆ ਯੂਕੇ ਜਾ ਸਕਦੇ ਨੇ, ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੋ ਤੁਸੀਂ ਤਾਂ ਵੀ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਔਰ ਯੂਕੇ ਇੱਕ ਅਜਿਹੀ ਕੰਟਰੀ ਆ ਜਿੱਥੇ ਬੱਚੇ ਨੂੰ ਬਿਲਕੁਲ ਮੈਂਟਲੀ ਕਲੀਅਰ ਹੁੰਦਾ ਹੈ ਕਿ ਮੈਂ ਉੱਥੇ ਕੰਮ ਜਾ ਕੇ ਖੁਦ ਤੁਸੀਂ ਲੱਭਣਾ ਹੈ, ਤੁਸੀਂ ਵਰਕ ਪਰਮਿਟ ਦੇ ਲਈ ਕਿਵੇਂ ਹੈਲਪ ਲੈਣੀ ਆ, ਕਿਵੇਂ ਦੀਆਂ ਸਰਵਿਸਿਜ਼ ਜਿਹੜੀਆਂ ਸਾਡੀਆਂ ਕੰਪਨੀ ਪਹਿਲਾਂ ਵੀ ਦੇ ਚੁੱਕੀ ਆ, ਸਾਡੇ ਕਾਫੀ ਸਟੂਡੈਂਟ ਯੂਕੇ ਵਿਦ ਸਪਾਊਸ ਵੀ ਗਏ ਨੇ, ਅਤੇ ਤੁਸੀਂ ਹੁਣ ਵੀ ਸਪਾਊਸ ਦੇ ਨਾਲ ਯੂਕੇ ਦੇ ਵਿੱਚ ਜਾ ਸਕਦੇ ਹੋ। ਸਕੋਲਰਸ਼ਿਪ ਦੇ ਨਾਲ ਕਾਲਜਿਸ ਯੂਨੀਵਰਸਿਟੀ ਸਾਡੇ ਕੋਲ ਅਵੇਲੇਬਲ ਨੇ, ਜੇ ਤੁਸੀਂ ਹਾਇਰ ਐਜੂਕੇਸ਼ਨ ਲਈ ਜਾਣਾ ਚਾਹੁੰਦੇ ਹੋ, ਹਾਇਰ ਐਜੂਕੇਸ਼ਨਸ ਦੇ ਲਈ ਵਿਦਆਊਟ ਇੰਟਰਵਿਊ ਜਿਹੜੇ ਬੱਚੇ MBA ਕਰਨ ਜਾਣਾ ਚਾਹੁੰਦੇ ਨੇ ਜਾਂ ਮਾਸਟਰ ਕਰਨ ਜਾਣਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਸਾਡੇ ਕੋਲ ਕਾਫੀ 70% ਜਿਹੜੀ ਸਕਾਲਰਸ਼ਿਪ ਦੇ ਨਾਲ ਯੂਨੀਵਰਸਿਟੀਜ਼ ਅਵੇਲੇਬਲ ਨੇ। ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਇੰਟਰਵਿਊ ਨਹੀਂ ਹੋਊਗੀ ਯੂਨੀਵਰਸਿਟੀਜ਼ ਦੇ ਵਿੱਚ, ਅਸੀਂ ਟਰਾਈ ਕਰਾਂਗੇ ਤੁਹਾਡੀ ਕੈਸ਼ ਜਿਹੜੀ ਆ ਵਿਦਇਨ 20 ਡੇ ਦੇ ਵਿੱਚ ਅਸੀਂ ਮੰਗਾ ਕੇ ਦਈਏ, ਅਤੇ ਯੂਕੇ ਦੇ ਲਈ ਕੋਈ ਓਲਡ ਫੰਡ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਬਿਲਕੁਲ, ਯੂਕੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਆਸਟ੍ਰੇਲੀਆ ਬਾਰੇ ਗੱਲ ਚੁੱਕੇ ਹਾਂ। ਫੀਸਾਂ ਵਧੀਆ ਜ਼ਰੂਰ ਨੇ ਪਰ ਉਸਦੇ ਨਾਲ ਹੀ ਸਟੂਡੈਂਟ ਦੇ ਵੀਜ਼ੇ ਵੀ ਆ ਰਹੇ ਆ, ਤੁਸੀਂ ਅਪਲਾਈ ਕਰ ਸਕਦੇ ਹੋ। ਟੂਰਿਸਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ, ਲੰਬਾ ਗੈਪ ਪੈ ਚੁੱਕਾ, ਤਾਂ ਵੀ ਤੁਹਾਡੇ ਲਈ ਆਪਸ਼ਨ ਮਿਲ ਸਕਦੀਆਂ, ਤੁਹਾਨੂੰ ਸਹੀ ਕੰਸਲਟੈਂਟ ਦਾ ਚੂਜ਼ ਕਰੋ। ਜੇਕਰ ਤੁਸੀਂ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ, ਫੀਸ ਇੱਕ ਮੋਹਾਲੀ ਵਿੱਚ ਮਿਲ ਸਕਦੇ ਹੋ, ਇਹਨਾਂ ਦੀ ਐਕਸਪਰਟ ਟੀਮ ਹੈ ਹਰ ਆਫਿਸ ਦੇ ਵਿੱਚ, ਜਿਵੇਂ ਜਲੰਧਰ ਔਰ ਅਹਿਮਦਾਬਾਦ ਦੇ ਵਾਲੇ ਜਿਹੜੇ ਬੱਚੇ ਨੇ ਉਹ ਉੱਥੇ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ, ਆਪਾਂ ਗੱਲ ਕੀਤੀ ਹੈ ਆਸਟ੍ਰੇਲੀਆ ਦੀ, ਕਨੇਡਾ, ਨਾਲ ਦੇ ਨਾਲ ਯੂਕੇ ਔਰ USA ਦੀ, ਕਿਸੇ ਵੀ ਕੰਟਰੀ ਬਾਰੇ ਤੁਹਾਡਾ ਕੋਈ ਵੀ ਸਵਾਲ ਹੈ, ਤੁਸੀਂ ਸਕਰੀਨ 'ਤੇ ਆ ਰਹੇ ਨੰਬਰ 'ਤੇ ਕਾਲ ਕਰੋ ਅਤੇ ਪੁੱਛੋ। ਗੁਰਪ੍ਰੀਤ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਜੀ। ਅਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਨੂੰ ਵੀ ਜੀ ਸਤਿ ਸ਼੍ਰੀ ਅਕਾਲ।